ਹੁਸ਼ਿਆਰਪੁਰ 'ਚ ਸਥਿਤ JCT ਫੈਕਟਰੀ 'ਚ ਅੱਜ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਉੱਥੋਂ ਦੇ ਮੁਲਾਜ਼ਮਾਂ ਨੇ ਤਨਖਾਹ ਅਤੇ ਹੋਰ ਭੱਤੇ ਨਾ ਮਿਲਣ ਕਾਰਨ ਫੈਕਟਰੀ ਅੰਦਰ ਧਰਨਾ ਮਾਰ ਦਿੱਤਾ। ਉੱਥੇ ਹੀ ਉਹਨਾਂ ਫੈਕਟਰੀ ਪ੍ਰਬੰਧਕਾਂ ਵਿਰੁੱਧ ਵੀ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੁਲਾਜ਼ਮਾਂ ਨੇ ਕਿਹਾ ਕਿ ਇਹ ਫੈਕਟਰੀ ਇੱਥੋਂ ਬੰਦ ਹੋ ਗਈ ਹੈ, ਪਰੰਤੂ ਫੈਕਟਰੀ ਦੇ ਮਾਲਕਾਂ ਵੱਲੋਂ ਮਜ਼ਦੂਰਾਂ ਦੀਆਂ ਤਨਖਾਹਾਂ ਅਤੇ ਭੱਤੇ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਪਿਛਲੇ ਲੰਬੇ ਸਮੇਂ ਤੋਂ ਮਜ਼ਦੂਰ ਆਪਣੀਆਂ ਕਈ ਮਹੀਨੇ ਦੀਆਂ ਤਨਖਾਹਾਂ ਅਤੇ ਭੱਤਿਆਂ ਨੂੰ ਲੈ ਕੇ ਫੈਕਟਰੀ ਦੇ ਹਾੜੇ ਕੱਢ ਰਹੇ ਨੇ। ਪਰੰਤੂ ਫੈਕਟਰੀ ਪ੍ਰਬੰਧਕ ਹਰ ਵਾਰ ਝੂਠਾ ਦਿਲਾਸਾ ਦੇ ਦਿੰਦੇ ਹਨ ਅਤੇ ਅੱਜ ਤੱਕ ਕੋਈ ਵੀ ਤਨਖਾਹ ਨਹੀਂ ਦਿੱਤੀ ਗਈ। ਰਾਤ ਸਮੇਂ ਫੈਕਟਰੀ ਦਾ ਸਮਾਨ ਚੋਰੀ ਚਕਾਰੀ ਕਰਕੇ ਸਮਾਨ ਇੱਥੋਂ ਚੁੱਕਿਆ ਜਾ ਰਿਹਾ ਹੈ। ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਫੈਕਟਰੀ ਦੇ ਤਨਖਾਹਾਂ ਨਾ ਜਾਰੀ ਕੀਤੀਆਂ ਤਾਂ ਕੱਲ੍ਹ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ ਨੂੰ ਜਾਮ ਕਰ ਦਿੱਤਾ ਜਾਵੇਗਾ ਅਤੇ ਪਰਸੋਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਰਾਕੇਸ਼ ਕੁਮਾਰ, ਅੱਜ ਇੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ, ਕੀ ਕਾਰਨ ਹੈ? ਹਮਾਰੀ ਕੰਪਨੀ ਬੰਦ ਕਰ ਦੀ ਹੈ, ਹਮਾਰਾ ਕੁਛ ਵੀ ਨਹੀਂ ਲੈਣਾ ਦੇਣਾ ਜੋ ਥਾ ਉਹ ਕੁਛ ਵੀ ਬੰਦ ਕਰ ਦਿਆ ਗਿਆ ਹੈ। 30-32 ਸਾਲ ਹੋ ਗਏ ਹਮਾਰੇ ਕੋ ਨੌਕਰੀ ਕਰਤੇ ਹੋਏ, ਹਮਾਰੇ ਕਾ ਇੱਕ ਵੀ ਪੈਸਾ ਦੀਆ ਨਹੀਂ ਹੈ। ਪ੍ਰਸ਼ਾਸਨ ਸੇ ਵੀ ਮੀਟਿੰਗ ਹੁਆ, ਮਾਲਿਕ ਸੇ ਵੀ ਮੀਟਿੰਗ ਹੁਆ, ਲੇਕਿਨ ਉਹਨਾਂ ਨੇ ਡੇਟ ਤੇ ਡੇਟ ਦਿੱਤੇ ਗਏ ਔਰ ਹਮਾਰੇ ਕੁਛ ਪਹਿਲੇ ਵੀ ਵਿਰੋਧ ਕੀਆ। ਹਾਂਜੀ, ਆ ਗਿਆ ਰੋਡ ਵੀ ਜਾਮ ਕੀਆ ਥਾ। ਹਾਂਜੀ, ਹਲ ਹੁਆ ਉਸਕਾ? ਨਹੀਂ, ਕੁਛ ਵੀ ਹਲ ਨਹੀਂ ਹੁਆ, ਕੋਈ ਵੀ ਹਲ ਨਹੀਂ ਹੁਆ ਹਮਾਰੇ ਉੱਤੇ। ਕਿਤਨਾ ਟਾਈਮ ਹੋ ਗਿਆ ਆਪਕੋ ਲਾਰੇ ਲਾਤੇ? 6 ਮਹੀਨੇ ਹੋ ਗਿਆ। 6 ਮਹੀਨੇ ਹੋ ਗਏ, 1 ਅਕਟੂਬਰ ਸੇ ਹਮਾਰੀ ਮੀਟਿੰਗ ਹੁਆ ਥਾ ਪਹਿਲੀ ਵਾਰ। ਠੀਕ ਹੈ, ਆਜ ਵਿਰੋਧ ਕਰ ਰਹੇ ਹੋ, ਕਿਉਂ ਇਸ ਆਜ ਕੀਆ ਕਾਰਨ ਹੈ? ਮੇਨ ਪੇਮੈਂਟ ਕਾ ਹਰ ਮਹੀਨੇ 10-15 ਦਿਨ ਕੇ ਬਾਅਦ ਡੇਟ ਦਿੱਤੀ ਹੈ ਹਮਾਰੇ ਕੋ ਕਿ ਹਮ ਐਸੇ ਐਸੇ ਆਏਂਗੇ, ਐਸੇ ਕਰੇਂਗੇ। ਉਸਕੇ ਬਾਅਦ ਜੋ ਨਾ ਮੈਡਮ ਸਾਹਮਣੇ ਆਤੀ ਹੈ ਨਾ ਕੋਈ ਬਾਤ ਕਰਤੀ ਹੈ ਔਰ ਹਰ 10 ਦਿਨ ਕੇ ਬਾਅਦ ਹਮਾਰੇ ਕੋ ਡੇਟ ਦੇ ਰਹੇ ਹੈ। ਆਪ ਪ੍ਰਸ਼ਾਸਨ ਕੇ ਵੀ ਨਾਰੇ ਲਗਾ ਰਹੇ ਹੋ? ਪ੍ਰਸ਼ਾਸਨ ਸੇ ਕਿਆ? ਪ੍ਰਸ਼ਾਸਨ ਨੇ ਹਮਾਰੇ ਕੋ ਲਿਖ ਕੇ ਦਿਆ ਥਾ, ਸਾਈਨ ਕੀਏ ਥੇ ਉਹਨਾਂ ਨੇ, 1 ਅਕਟੂਬਰ ਕੁਮਾਰੀ ਕੋ ਲੈਟਰ ਲਿਖ ਕੇ ਦਿਆ ਥਾ, ਉਸਮੇ ਸਭੀ ਨੇ, DC ਸਾਹਿਬ ਨੇ, SDM ਸਾਹਿਬ ਨੇ, ਜੋ ਵੀ ਤੇ ਪ੍ਰਸ਼ਾਸਨ ਨੇ ਉਹਨੇ ਲਿਖ ਕੇ ਦਿਆ ਥਾ। ਆਜ ਆਪਨੇ ਪ੍ਰਸ਼ਾਸਨ ਕੋ ਬਤਾਇਆ ਕਿ ਹਮ ਲਾਲ ਕਰਾਏਂਗੇ? ਉਹ ਹਾਂ, ਉਹਨਾਂ ਨੇ ਪ੍ਰਸ਼ਾਸਨ, ਉਹਨਾਂ ਨੇ ਟਾਈਮ ਦਿਆ ਥਾ 20 ਤਾਰੀਖ ਕੋ ਆ ਰਹੇ ਹਾਂ ਅਭੀ। ਆ ਰਹੇ ਹਾਂ? ਹਾਂਜੀ। ਔਰ ਪ੍ਰਸ਼ਾਸਨ ਨੇ ਬੋਲਾ ਥਾ ਕਿ ਕੋਈ ਵੀ ਸਮਾਨ ਜੋ ਗੇਟ ਸੇ ਬਾਹਰ ਨਹੀਂ ਜਾਏਗਾ, ਲੇਕਿਨ ਯਹਾਂ ਪੇ ਰਾਤ ਕੋ ਗਾੜੀਆਂ ਲੋਡ ਹੋ ਕੇ ਮਸ਼ੀਨੇ ਸਾਰੀ ਕਾਟ ਕੇ ਦੇ ਕੇ ਜਾ ਰਹੇ। ਵੋ ਤੋ ਕੰਪਨੀ ਕਾ ਹੈ, ਉਸਕੋ ਤਾਂ ਆਪੇ ਰੋਕੇ ਨਹੀਂ ਸਕਤੇ ਹੋ ਨਾ? ਨਹੀਂ ਤੋ ਕੰਪਨੀ ਕਾ ਤੋ ਹਮਾਰਾ ਤੋ ਸਮਾਨ ਹੈ ਨਾ, ਪੈਸਾ ਤੋ ਹਮਾਰਾ ਹੀ ਹੈ ਨਾ, ਸਭ ਕੁਛ ਹਮਾਰਾ ਸਮਾਨ, ਜਬ ਤੋ ਹਮਾਰੇ ਕੇ। ਬਾਤ ਪ੍ਰਸ਼ਾਸਨ ਸੇ ਹੋਈ ਸੀ ਕਿ? ਹਾਂਜੀ ਹਾਂਜੀ, ਸਭ ਕੁਛ ਹੁਆ, ਤੁਹਾਰਾ ਲਿਖਾ ਹੁਆ ਉਹਨਾਂ ਨੇ, ਸਭ ਕੁਛ ਲਿਖਾ ਹੁਆ। ਕੀ ਨਾਮ ਹੈ? ਮੇਰਾ ਜਸਵਿੰਦਰ ਸਿੰਘ। ਅੱਜ ਇੱਥੇ ਵਿਰੋਧ ਕਰ ਰਹੇ ਹੋ ਜੀ, ਕਿਉਂ ਵਿਰੋਧ ਕਰ ਰਹੇ ਹੋ? ਵਿਰੋਧ ਇਹੀ ਕਾਰਨ ਹੈ ਕਿ ਇਹ ਲਾਰੇ ਤੇ ਲਾਰਾ ਲਗਾ ਰਹੇ ਆ ਕਿ ਸਾਨੂੰ ਪਹਿਲਾਂ ਅਕਤੂਬਰ ਦੇ ਵਿੱਚ ਟਾਈਮ ਦਿੱਤਾ ਸੀ ਫੁੱਲ ਐਂਡ ਫਾਈਨਲ, ਕਹਿੰਦੇ ਤੁਹਾਡਾ ਜੋ ਕੁਛ ਵੀ ਆ ਬਣਦਾ, ਜਿੱਦਾਂ ਇਹਨਾਂ ਦੀ ਗ੍ਰੈਜੂਟੀ ਆ, PF ਆ, ਮਤਲਬ ਪੇਮੈਂਟਾਂ ਆ, ਐਕਸਟਰਾ ਟਾਈਮ ਆ, ਇਹ ਸਾਰਾ ਕੁਛ ਅਸੀਂ ਮਤਲਬ ਅਕਤੂਬਰ 'ਚ ਦੇ ਦਿਆਂਗੇ। ਕੌਣ ਲਾਰਾ ਲਾ ਰਿਹਾ ਤੁਹਾਨੂੰ? ਦੇਖੋ, ਮੀਟਿੰਗ ਹੁੰਦੀ ਆ, ਮੀਟਿੰਗ ਦੇ ਵਿੱਚ ਪ੍ਰਸ਼ਾਸਨ ਵੀ ਹੁੰਦਾ ਆ, ਥਾਪਰ ਸਾਹਿਬ ਵੀ ਹੁੰਦੇ ਆ, ਮਤਲਬ ਸਾਰੇ ਕੰਪਨੀ ਦੇ ਜਿਹੜੇ ਨੁਮਾਇੰਦੇ ਆ ਉਹ ਸਾਰੇ ਹੁੰਦੇ ਆ। ਮਤਲਬ ਇਹਨਾਂ ਨੇ ਸਾਨੂੰ 3 ਵਾਰੀ ਟਾਈਮ ਦੇ ਦਿੱਤਾ ਆ ਕਿ ਫਰਵਰੀ 'ਚ ਕਰਾਂਗੇ, ਫਰਵਰੀ ਤੋਂ ਬਾਅਦ ਫੇਰ ਟਾਈਮ ਦਿੱਤਾ, ਫੇਰ ਨਹੀਂ ਇਹਨਾਂ ਨੇ ਕੁਛ ਵੀ ਸਾਨੂੰ ਦਿੱਤਾ। ਇਸ ਕਰਕੇ ਮਤਲਬ ਇਹਨਾਂ ਨੂੰ ਪਹਿਲਾਂ ਤੋਂ ਕੁਛ ਨਹੀਂ ਮਿਲ ਰਿਹਾ ਸੀਗਾ, ਸਾਲ ਹੋ ਗਿਆ ਸੀਗਾ, ਐਡਵਾਂਸ ਦਿੰਦੇ ਸੀਗੇ 2-2, 3-3 ਹਜ਼ਾਰ, ਉਹਦੇ ਵਿੱਚ ਗੁਜ਼ਾਰਾ ਕਰਦੇ ਸੀ, ਹੁਣ ਗੁਜ਼ਾਰਾ ਕਰਨਾ ਸਭ ਦਾ ਮੁਸ਼ਕਲ ਹੋ ਗਿਆ। ਤਾਂ ਇਸ ਕਰਕੇ ਸਾਰਿਆਂ ਨੇ ਇੱਥੇ ਅੱਜ ਇਕੱਠੇ ਹੋ ਕੇ ਵਿਰੋਧ ਧਰਨਾ ਪ੍ਰਦਰਸ਼ਨ ਕੀਤਾ ਹੈ। ਹਾਂਜੀ, ਜੇਕਰ ਨਹੀਂ ਵੀ ਤਾਂ ਵੀ ਕਾਰਵਾਈ ਨਹੀਂ ਹੁੰਦੀ ਅੱਜ ਦੀ ਜੀ, ਅਗਲੀ ਕੀ ਰਣਨੀਤੀ ਰਹੇਗੀ? ਅਸੀਂ ਫਿਰ ਸਾਰੇ ਮੈਂਬਰ ਆ, ਸਾਰੇ ਜਿੰਨੇ ਵਰਕਰ ਆ, ਅਸੀਂ ਆਪਸ ਵਿੱਚ ਸਲਾਹ ਕਰਕੇ ਕਿ ਅੱਗੇ ਕੀ ਕਰਨਾ ਆ, ਫਿਰ ਉਸ ਹਿਸਾਬ ਨਾਲ ਅਸੀਂ ਜੋ ਸਾਡੀ ਬਣਦੀ ਕਾਰਵਾਈ ਆ ਅਸੀਂ ਕਰਾਂਗੇ, ਕਿਉਂਕਿ ਇਹ ਸਾਡੇ ਹੱਕ ਦਾ ਪੈਸਾ ਆ, ਜੋ ਸਾਡੀ ਜ਼ਿੰਮੇਵਾਰੀ ਆ, ਸਾਡਾ ਹੱਕ ਆ, ਅਸੀਂ ਉਹ ਆਪਣਾ ਹੱਕ ਲੈ ਕੇ ਛੱਡਾਂਗੇ। ਇਹਨਾਂ ਕਿੰਨੇ ਚਿਰ ਤੋਂ ਜਿਹੜੀ ਪੇਮੈਂਟ ਆ ਤੁਹਾਡੀ ਰੁਕੀ ਹੋਈ, ਤਨਖਾਹ ਨਹੀਂ ਮਿਲ ਰਹੀ? 1.5-2 ਸਾਲ ਹੋ ਗਏ, 2022 ਤੋਂ ਹੀ ਆ।
ਸਾਲ ਡੇਢ ਸਾਲ ਹੋ ਗਿਆ, ਹਾਂਜੀ, ਵਿੱਚ ਖਰਚਾ ਕਿੱਦਾਂ ਚੱਲ ਰਿਹਾ ਤੁਹਾਡਾ? ਖਰਚਾ ਬਸ ਕਦੀ ਐਡਵਾਂਸ ਲੈ ਲਿਆ 2,000-3,000 ਐਪਲੀਕੇਸ਼ਨ ਦਿਓ, ਉਹ ਵੀ ਆਪਣੀ ਮਰਜ਼ੀ ਨਾਲ ਇਹਨਾਂ ਨੇ ਪਾਣਾ। ਵਫਾਦਾਰੀ ਸੀਗੀ ਕਿ ਹਾਂ ਠੀਕ ਹੈ, ਸਾਡੀ ਕੰਪਨੀ ਆ, ਇਹ ਸਾਡੇ ਮਾਲਕ ਆ, ਜੇ ਇਹ ਡਿੱਗਦੇ ਆ ਤਾਂ ਅਸੀਂ ਵੀ ਡਿੱਗਦੇ ਹਾਂ। ਮਤਲਬ ਇਹਦਾ ਵਫਾਦਾਰੀ ਦਾ ਇਹ ਸਿਲਾ ਮਿਲਿਆ ਕਿ ਅੱਜ ਸਾਨੂੰ ਰੋਡ ਦੇ ਉੱਤੇ ਇਹਨਾਂ ਨੇ ਖੜੇ ਕਰ ਦਿੱਤਾ ਆ, ਤੇ ਸਾਡੇ ਨਾਲ ਵਾਅਦਾ ਕਰਕੇ ਵਾਅਦੇ ਤੋਂ ਬਾਰ ਬਾਰ ਵਾਅਦੇ ਤੋਂ ਮੁੱਕਰ ਜਾਂਦੇ ਆ। ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਹੋਈ ਤੁਹਾਡੀ? ਹਾਂਜੀ, ADC ਸਾਹਿਬ ਨਾਲ ਵੀ ਹੋਈ ਸੀਗੀ, DC ਸਾਹਿਬ ਨਾਲ ਵੀ ਹੋਈ ਸੀਗੀ, ਤੇ SDM ਸਾਹਿਬ, ਤਹਿਸੀਲਦਾਰ ਸਾਹਿਬ, SP ਸਾਹਿਬ, DSP ਸਾਹਿਬ ਸਾਰੇ ਆਏ ਹੋ ਸੀਗੇ। ਨਹੀਂ, ਅੱਜ ਦੀ ਜਿਹੜੀ ਤੁਸੀਂ ਹੁਣ ਬੰਦ ਕੀਤਾ ਸਾਰੇ? ਹਾਂਜੀ, ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਆ ਕਿ ਦੇਖੋ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਹਰ ਕੰਮ ਕਰਨਾ ਆ, ਕਿ ਤੁਸੀਂ ਸਾਡਾ ਸੋਲਵ ਕਰੋ, ਨਹੀਂ ਸੋਲਵ ਕਰ ਸਕਦੇ ਅਸੀਂ ਆਪਣਾ ਸਮਾਨ ਲੈ ਕੇ ਸੜਕ ਤੇ ਬਹਿ ਜਾਣਾ ਆ, ਤਾਂ ਉਸ ਤੋਂ ਬਾਅਦ ਜਦੋਂ ਸਾਡਾ ਕੁਛ ਮਿਲੂਗਾ ਤਾਂ ਫੇਰ ਉੱਠਣਾ, ਉਸ ਤੋਂ ਅਗਰ ਨਹੀਂ ਮਿਲਦਾ ਤਾਂ ਆਪਾਂ ਉੱਥੇ ਹੀ ਬਹਿ ਜਾਣਾ, ਉਸ ਤੋਂ ਬਾਅਦ ਉੱਠਣਾ ਨਹੀਂ। ਕੀ ਨਾਮ ਹੈ? ਬੇਬੀ ਰਾਵਤ। ਹਾਂਜੀ, ਬੇਬੀ ਰਾਵਤ। ਹਾਂਜੀ, ਕੰਮ ਕਰਤੇ ਹੈਂ? ਹਾਂਜੀ, ਠੀਕ ਹੈ। ਆਪਕੋ ਜੋ ਆਜ ਬੰਦ ਕਰਿਆ ਹੈ? ਹਾਂਜੀ। ਕਹਿ ਰਹੇ ਹੋ ਕਿ ਤਨਖਾਹ ਨਹੀਂ ਮਿਲ ਰਹੀ? ਹਾਂਜੀ ਸਰ। ਕੈਸੇ ਗੁਜ਼ਾਰਾ ਕੈਸੇ ਹੋ ਰਹਾ ਹੈ? ਬੜੀ ਮੁਸ਼ਕਿਲ ਸੇ ਹੋ ਰਹਾ ਹੈ ਸਰ। ਇੱਕ ਤੋਂ ਇਹ ਲੋਕ ਲਾਈਟ ਪਾਣੀ ਨਹੀਂ ਦੇਤੇ ਹੈ, ਉਸਕੋ ਵੀ ਹਮਨੇ ਸੋਚਾ ਕਿ ਚਲੋ ਇਹ ਲੋਕ ਟਾਈਮ ਬੜਾ ਰਹੇ ਤਾਂ ਹਮਾਰਾ ਪੈਸੇ ਦੇ ਦੇਂਗੇ ਤਾਂ ਹਮ ਕਿਸੀ ਤਰ੍ਹਾਂ ਚਲਾ ਲੇਂਗੇ। ਅਬ ਇਹ ਲੋਕ ਸ਼ਾਮ ਕੋ 6 ਵਜੇ ਮਰਜ਼ੀ ਆਤੀ ਹੈ ਤੋ ਦੇਤੇ ਹੈ, ਨਹੀਂ ਸ਼ਾਮ ਕੋ 10 ਵਜੇ ਕਰ ਦੇ, ਬੱਚੋਂ ਕੇ ਬੋਰਡ ਕੇ ਪੇਪਰ ਹੋ ਰਹੇ ਹੈ, ਉਸਮੇ ਵੀ ਹਮਲੋ ਕਿਤਨੀ ਮੁਸ਼ਕਿਲ ਸੇ। ਹਮਨੇ ਸੋਚਾ ਇਹ ਲੋਕ ਡੇਟ ਦੇ ਰਹੇ ਤੋ ਕਿਆ ਪਤਾ ਹਮ ਲੋਗੋਂ ਕੋ ਦੇਂਗੇ। ਇਨਹੋਨੇ ਕਹਾ ਥਾ ਕਿ ਹਮ ਲੋਗ ਮਈ ਕੀ ਪੇਮੈਂਟ ਦੇ ਕੇ ਆਪਕੋ ਅਗਸਤ, ਸਿਤੰਬਰ ਔਰ ਅਕਟੂਬਰ ਕਾ ਆਪਕੋ 2 ਮਹੀਨੇ ਕਾ ਪੇਮੈਂਟ ਦੇਂਗੇ, ਉਸਮੇ ਵੀ ਇਨਹੋਨੇ ਕਿਸੀ ਕੋ ਦਿਆ ਹੈ, ਉਸਮੇ ਵੀ ਕਿਸੀ ਕੋ ਨਹੀਂ ਦਿਆ ਹੈ। ਹਮ ਇਤਨੀ ਮੁਸ਼ਕਿਲ ਸੇ ਗੁਜ਼ਾਰਾ ਕਰ ਰਹੇ, ਕਿਆ ਬਤਾ। ਇਨਹੋਨੇ 6 ਮਹੀਨੇ ਸੇ ਹਮੇ ਬਸ ਡੇਟ ਦੀ ਹੈ। ਆਪ ਲੋਗੋਂ ਕੀ ਤਰਫ ਸੇ ਪਹਿਲੇ ਵੀ ਰੋਡ ਜਾਮ ਕੀਆ ਗਿਆ? ਹਾਂਜੀ ਸਰ। ਉਸਮੇ ਕਿਆ ਆਪਕੀ ਬਾਤ ਹੋਈ ਥੀ? ਉਸਮੇ ਸਰ ਜੋ ਹੁਆ ਥਾ ਉਸਮੇ ਮੀਟਿੰਗ ਹੋਈ ਥੀ, SDM DSP ਸਰ ਸਭ ਆਏ ਥੇ, ਬਕਾਇਦਾ ਇਨਹੋਨੇ ਐਗਰੀਮੈਂਟ ਸਾਈਨ ਕਰਵਾਇਆ ਹਮਸੇ। ਇਸਕੇ ਬਾਅਦ ਵੀ ਹਮਨੇ DSP ਸਾਹਿਬ ਸੇ ਬਾਤ ਕੀ ਥੀ, ਜਬ ਇਨਹੋਨੇ ਬਕਾਇਦਾ ਐਗਰੀਮੈਂਟ ਕਾ ਟਾਈਮ ਖਤਮ ਹੋ ਗਿਆ, ਉਸਕੇ ਬਾਅਦ ਮੈਨੇ ਜਾ ਕੇ ਪਰਸਨਲੀ DSP ਸਾਹਿਬ ਸੇ ਬਾਤ ਕੀ ਹੈ। ਇਹ ਲੋਕ ਸੜਕ ਪਰ ਆਏ ਥੇ, ਮੈਨੇ ਉਨਸੇ ਬਾਤ ਕੀ ਕਿ ਸਰ ਬਤਾਈਏ, ਆਪ ਕੇ ਸਾਹਮਨੇ ਆ ਕੇ ਤੋ ਹਮ ਕਿਆ ਬਤਾਏ, ਬਤਾਓ, ਆਪ ਅਫਸਰ ਹੋ ਕੇ ਆਪਨੇ ਹਮਾਰਾ ਸਾਥ ਦੇ, ਹਮ ਤੋ ਵਰਕਰ ਹੈ। ਵਾਅਦਾ ਕੀਆ ਥਾ ਲੇਕਿਨ ਦਿਆ ਨਹੀਂ, ਕਿਸੀ ਕੋ 100 ਦਿਆ, ਕਿਸੀ ਕੋ 200 ਦਿਆ, ਕਿਸੀ ਕੋ ਕੁਛ ਵੀ ਨਹੀਂ ਦਿਆ। ਇਨਹੋਨੇ ਕਹਾ ਥਾ ਹਮ ਆਪਣੀ ਤਰਫ ਸੇ ਆਪ ਲੋਗ ਬੈਠੇ ਹੋ, ਹਮ ਦੋ ਡੇਢ ਪੇਮੈਂਟ ਦੇਂਗੇ, ਪਹਿਲੇ ਦੋ ਕੀ ਬਾਤ ਹੋਈ ਥੀ ਫਿਰ ਡੇਢ ਕੀ ਬਾਤ ਹੋਈ, ਇਨਹੋਨੇ ਵੋ ਵੀ ਨਹੀਂ ਦਿਆ। ਜੋ ਹਮਸੇ ਬਨ ਪੜੇਗਾ ਸਰ, ਉਹ ਤਾਂ ਹਮੇ ਕਰਨਾ ਹੀ ਪੜੇਗਾ, ਆਪਣੇ ਬੱਚੋਂ ਕੇ ਭਵਿਸ਼ ਕੇ ਲਈ ਹਮੇ ਕੁਛ ਵੀ ਕਰਨਾ ਪੜੇਗਾ, ਇਸਕੇ ਲਈ ਹਮੇ ਚਾਹੀ ਜੋ ਵੀ ਕਰਨਾ ਪੜੇ ਹਮ ਕਰ ਸਕਤੇ ਹੈ। ਪ੍ਰਸ਼ਾਸਨ ਕਾ ਸਾਥ, ਕਾਨੂੰਨ ਕੇ ਦਾਇਰੇ ਮੇ ਲੈ ਕੇ ਹਮਨੇ ਹਰ ਕਾਮ ਕੀਆ ਹੈ, ਕਾਨੂੰਨ ਕੇ ਸਾਥ ਰਹਿ ਕੇ ਉਨ੍ਹੋਨੇ ਬਕਾਇਦਾ ਐਗਰੀਮੈਂਟ ਸਾਈਨ ਕੀਆ, ਉਸਕੇ ਬਾਅਦ ਉਨ੍ਹੋਨੇ ਹਮਨੇ ਜਬ ਦੁਬਾਰਾ ਬਾਤ ਕੀ ਤੋ DSP ਸਰ ਨੇ ਮੁਝੇ ਬਤਾਇਆ, ਬੋਲਤੇ ਮੈਡਮ ਮੈਂ ਕਿਆ ਕਰੂੰ, ਅਗਲਾ ਇਤਨਾ ਸ਼ਰਮਿੰਦਾ ਹੈ ਕਿ ਸਰ ਹਮੇ ਆਪਣੀ ਯਾ ਤੋ ਘੜੀ ਨਿਕਾਲ ਕੇ ਦੇ ਰਹੇ ਹੈ, ਯਾ ਤੋ ਗਾੜੀ ਕੇ ਚਾਬੀ ਦੇ ਰਹੇ। ਬੋਲਤੇ ਮੈਡਮ ਜੋ ਆਦਮੀ ਇਤਨਾ ਮਜਬੂਰ ਹੈ ਉਸਕੋ ਔਰ ਮਜਬੂਰ ਮਤ ਕੀਜੀਏ। ਉਨ੍ਹੋਨੇ ਕਹਾ ਫਿਰ ਬਾਤਚੀਤ ਹੋਗੀ, ਫਿਰ ਦੁਬਾਰਾ ਬਾਤਚੀਤ ਹੋਈ, ਇਨਹੋਨੇ ਯਹਾਂ ਬਾਤਚੀਤ ਨਹੀਂ ਕੀ, ਇਨਹੋਨੇ ਫਗਵਾੜਾ ਬੁਲਾਇਆ, ਕੋਈ ਬਾਤ ਨਹੀਂ, ਹਮ ਵਹਾਂ ਵੀ ਗਏ। ਉਸਕੇ ਬਾਅਦ ਵੀ ਇਨਹੋਨੇ ਬਤਾਓ, ਜਬ ਇਨਹੋਨੇ ਕਹਾ ਕਿ DSP ਸਰ ਨੇ ਕਿ ਲੋ ਇਹ ਇਤਨਾ ਮਜਬੂਰ ਬੰਦਾ, ਇਸਕੋ ਔਰ ਮਜਬੂਰ ਮਤ ਕਰੋ, ਇਹ ਪੈਸਾ ਦੇਗਾ ਆਪਕੋ ਕਹੀਂ ਨਹੀਂ ਭਾਗੇ। ਫਿਰ ਕਿਆ ਹੁਆ ਸਰ, ਆਪ ਬਤਾਈਏ। ਕੰਪਨੀ ਵਾਲੋਂ ਕੋ ਕਿਆ ਕਹਿਣਾ ਹੈ ਕਿ ਆਪਕੇ ਉਨਕੇ ਪਾਸ ਦੇਣੇ ਕੇ ਲੀਏ ਪੈਸਾ ਨਹੀਂ ਹੈ? ਨਹੀਂ ਸਰ, ਅਭੀ ਪਰਸੋਂ 20 ਤਾਰੀਖ ਕੋ 20 ਫਰਵਰੀ ਕੋ ਮੀਟਿੰਗ ਹੋਈ ਹੈ, ਉਸਮੇ ਉਨਹੋਨੇ ਕਹਾ ਕਿ ਹਮਾਰੀ ਜੋ ਹੈ ਕਿ ਜੋ NOC ਬਨਨੀ ਥੀ, ਚੌਥੀ NOC ਉਹ ਵੀ ਬਨ ਗਈ ਹੈ, ਅਗਲਾ ਹਮੇ ਹਾਥੋ ਹਾਥ ਪੈਸਾ ਦੇ ਰਹਾ ਹੈ, ਲੇਕਿਨ ਅਗਲਾ ਹਮਸੇ ਡੇਟ ਮੰਗ ਰਹਾ ਹੈ ਕਿ ਆਪ ਹਮੇ, ਹਮ ਸਬਕੋ ਨਹੀਂ ਦੇ ਰਹੇ। ਹਾਂ, ਨਹੀਂ ਨਹੀਂ, ਕਿ ਅਗਲਾ ਹਮੇ ਡੇਟ ਮੰਗ ਰਹਾ ਹੈ ਕਿ ਪੈਸਾ ਮੈਂ ਹਾਥੋਂ ਹਾਥ ਦੇਤਾ ਹੂੰ, ਲੇਕਿਨ ਆਪ ਹਮੇ ਡੇਟ ਦੀਜੀਏ।
अगले ने हमसे मीटिंग में हम उसके लिए भी राजी हो गए कि ठीक है आप हमारा पैसा दो, हम आपको आपका रूम खाली करके दे देंगे। उन्होंने कहा कि अगले ने कहा है कि 30 तारीख तक आप लोग रूम खाली करोगे, 31 तक हम रूम देखेंगे कि खाली हो गए हैं, उसके बाद 1 अप्रैल को अगले को। तो उन्होंने कहा हमें, मैडम ने हमें मीटिंग में कहा कि आपको 10 तारीख तक आपको टोटल हम आपका मार्च 10 मार्च तक आपका टोटल कर देंगे। उसके बाद भी उन्होंने कहा कि हर चीज की डिटेल होगी कि आपको कितना क्या मिला है, कितना क्या है, उसकी भी डिटेल होनी चाहिए। हमने कहा चलो 10 तारीख से आज 13 तारीख हो गई है, मान लो सबका नहीं दिया, किसी का तो शुरुआत की होती। वैसे तो उन्होंने 10 तारीख का फाइनल किया था लेकिन अभी तक कोई सुनवाई नहीं, कुछ नहीं दिया है इन्होंने। बताए कितने मजबूर हैं। की नाम है भाई? मनप्रीत सिंह। और असीं इत्थे पिछले कई सालों तो असीं लोग कंपनी की सेवा कर रहे सी, सप्लाई कर रहे सी, इत्थे सर्विसिज दे रहे सीगे, ते साडा भी पैसा पेंडिंग हैगा। मेरे नाल मेरे सहयोगी हैगे आ, इन्हां दा भी तकरीबन कोई करोड़ रुपए दे करीब साडा भी बकाया। ते पिछली 20 फरवरी नूं मैडम थापर नाल साडी मीटिंग होई, ते उन्होंने आश्वासन दिता बई सानू बैंक तो NOC आ चुकी है, लेकिन बैंक नूं सानू अश्योरेंस देनी पेगी बई कलोनी खाली कर देंगे, लेकिन पहला तुसी पैसा सानू दिओ ते कलोनी खाली कर देंगे। उन्होंने बोलिया जी फस्ट ऑफ ऑल 1 मार्च तो पेमेंट आनी शुरू हो जाएगी, लास्ट डेट जिहड़ी मैडम ने दित्ती सी उह दित्ती सी 10 मार्च। ते यूनियन दे बंदिआं ने और सारिआं ने इन्हां नूं अश्योरेंस दित्ती सी वी असीं 31 मार्च नूं कमरे खाली कर देंगे, लेकिन अज 1 तरीक तो लैके 13 तरीक हो गई, 1 पैसा किसी नूं नहीं आया। चलो ये तो होगी पेमेंट की गल। दूसरी गल, जदों इन्हां दी सारिआं दी मीटिंग हुई सी लोकल जिहड़ी एडमिनिस्ट्रेशन दे नाल, उदों एडमिनिस्ट्रेशन ने कहा सीगा बई अंदरों मशीनरी का 1 हिस्सा बाहर नहीं जाएगा। तो ये रात नूं ट्रक भर भर के कित्थे जा रहे हैं, उहदा की हिसाब है, और कंपनी के खाते पैसे अगर आ रहे हैं तो वह दिते क्यों नहीं जा रहे। सो अज की डेट च साडी मजबूरी बन गई है, साडा तक असीं लैणा ही लैणा। असीं भी इन्हां मजदूरां दे नाल जिहड़ा बिल्कुल मोढे नाल मोढा जोड़ के खड़े तां कि इन्हां नाल ना इंसाफी ना होवे। ਕੰਪਨੀਆਂ ਵਾਲੇ ਦੇ ਨਾਲ ਗੱਲਬਾਤ ਹੋਈ ਤੁਹਾਡੀ? ਅੱਜ ਵੀ ਅਸੀਂ ਬੰਦ ਕਰ ਰਹੇ ਹਾਂ। ਅੱਜ ਜਿਹੜੀ ਸੀ ਸਾਡੀ ਗੱਲ ਨਹੀਂ ਹੋਈ, ਸਾਡੀ ਜਿਹੜੀ ਗੱਲ ਹੋਈ ਇਹਨਾਂ ਦੀ ਜਿਹੜੀ ਹੈ ਨਾ ਲੇਬਰ ਯੂਨੀਅਨ ਹੈਗੀ ਆ, ਇਹਨਾਂ ਨਾਲ ਉਹਨਾਂ ਨੂੰ ਟਾਈਮ ਦਿੱਤਾ ਗਿਆ ਕਿਉਂਕਿ ਇਹ ਕੱਲ੍ਹ ਵੀ ਇੱਥੇ ਇਕੱਠੇ ਹੋਏ ਸੀਗੇ। ਅਤੇ ਕੱਲ੍ਹ ਇਹਨਾਂ ਦੇ ਜਿਹੜੇ ਕੋਈ ਰਿਪ੍ਰਜੈਂਟੇਟਿਵ ਹੈਗੇ ਕੰਪਨੀ ਦੇ, ਮਿਸਟਰ ਰਾਜਨ ਸ਼ਰਮਾ, ਉਹਨਾਂ ਨਾਲ ਇਹਨਾਂ ਦੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਸ਼ਾਮੀ 7 ਵਜੇ ਤੱਕ ਅਗਰ ਤੁਸੀਂ ਸਾਨੂੰ ਕੋਈ ਨਾ ਜਵਾਬ ਦਿੱਤਾ ਤਾਂ ਅਸੀਂ ਫਿਰ ਐਜੀਟੇਸ਼ਨ ਕਰਾਂਗੇ। ਅਤੇ ਉਹਨਾਂ ਨੇ ਅੱਜ 11 ਵਜੇ ਦਾ ਟਾਈਮ ਦਿੱਤਾ, ਲੇਕਿਨ ਹੁਣ ਮੇਰਾ ਖਿਆਲ 11-12 ਵਜੇ ਜਿੰਨੇ ਵੀ ਹੋਈ ਆ ਉਹਨਾਂ ਵੱਲੋਂ ਹਜੇ ਤੱਕ ਇਹਨਾਂ ਨੂੰ ਕੋਈ ਸੱਦਾ ਨਹੀਂ ਆਇਆ, ਕੋਈ ਬੁਲਾਵਾ ਨਹੀਂ ਆਇਆ। ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਇਹ ਹੈ ਬਈ ਧੱਕਾ ਹੋ ਰਿਹਾ।